हर राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। श्री गुरु ग्रंथ साहिब उदद बंदो कर अनुराग। एक अंकार सतगु ते प्रसाद सच हो। वाहे गुरु जी की फतेह विघ्न विनाशन सो। श्री वाहे गुरु जी की फतेह विघ्न विनाशन सोए। जथा गुरन की दशा सुनावो सुन चल परो नहीं बिलमावो। वाहे गुरु जी का खालसा वाहे गुरु जी की फतेह। पतत पावन कृपा निदान जुगो जुग अटल साहिब गुरु ग्रंथ जिया दी पवित्र पावन हजूरी अंदर विराजमान हो रही गुरु की संगत आप संगतां ने सतगुरां दे दरबार विच बैठ के सतगुरां दी गुरबाणी दे रस भिन्ने कीर्तन शब्द सरवण कीते। इस वेले गुरु तेग बहादुर महाराज साहब जीयां दे जीवन दी कथा किवें उन्होंने दिल्ली विच अपना शरीर छड्डिया ਅਤੇ ਪਰਿਵਾਰ ਕਿਵੇਂ ਅਨੰਦਪੁਰ ਸਾਹਿਬ ਆ ਕੇ ਵਸਿਆ ਹੈ ਇਹ ਇਤਿਹਾਸ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਸਾਹਿਬ ਗੋਬਿੰਦ ਰਾਏ ਜੀ ਇਸ ਵੇਲੇ ਜੋ ਹਨ ਉਹ ਟਿਕੇ ਹੋਏ ਨੇ ਅਤੇ ਉਹਨਾਂ ਨੇ ਸੁਨੇਹਾ ਭੇਜਿਆ। ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਸੁਨੇਹਾ ਦੇ ਕੇ ਮਾਤਾ ਗੁਜਰੀ ਜੀਆਂ ਨੇ ਭੇਜਿਆ। ਦੋ ਸਿੱਖਾਂ ਨੂੰ ਕਹਿਣ ਲੱਗੇ ਵੀ ਅਨੰਦਪੁਰ ਸਾਹਿਬ ਤੋਂ ਸਾਡੇ ਵਾਸਤੇ ਰੱਥ ਅਤੇ ਗੱਡੇ ਜਿਹੜੇ ਹਨ ਤਿਆਰ ਕਰਕੇ ਲੈ ਕੇ ਆਓ ਅਤੇ ਨਾਲੇ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਇਹ ਵੀ ਦੱਸ ਦਿਓ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗ੍ਰਿਫਤਾਰੀ ਹੋ ਗਈ ਹੈ। ਇਹ ਸਾਰੇ ਬਚਨ ਜਿਹੜੇ ਸਨ ਮਾਤਾ ਗੁਜਰੀ ਜੀਆਂ ਨੇ ਇੱਕ ਸਿੱਖ ਨੂੰ ਕਹਿ ਕੇ ਤੋਰਿਆ ਕਿ ਸਾਡੇ ਭਰਾ ਭਾਈ ਕਿਰਪਾਲ ਚੰਦ ਨੂੰ ਇਹ ਗੱਲਾਂ ਸਾਰੀਆਂ ਦੱਸ ਕੇ ਅਤੇ ਪਰਿਵਾਰ ਨੂੰ ਇੱਥੋਂ ਲਿਜਾਣ ਵਾਸਤੇ ਜਿੱਥੇ ਅਸੀਂ ਟਿਕੇ ਹੋਏ ਹਾਂ ਉਹਨਾਂ ਨੂੰ ਭੇਜਣਾ ਕਰੋ। ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ ਹੈ ਜਿਵੇਂ ਮਹਾਰਾਜ ਦਾ ਪਰਿਵਾਰ ਲਖਨੌਰ ਤੋਂ ਚੱਲਦਾ ਹੈ ਅਨੰਦਪੁਰ ਸਾਹਿਬ ਪਹੁੰਚਦਾ ਉਹ ਇਤਿਹਾਸ ਆਪਾਂ ਅੱਜ ਸਰਵਣ ਕਰ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿੰਨ ਸਥਾਨ ਅਬ ਸਾਹਿਬ ਜ਼ਾਦਾ ਉਹ ਕਹਿਣ ਲੱਗੇ ਵੀ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗ੍ਰਿਫਤਾਰੀ ਦੇ ਬਚਨ ਸੁਣ ਕੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਵੈਰਾਗ ਕਰਨ ਲੱਗ ਪਏ। ਉਸ ਵੇਲੇ ਭਾਈ ਜੇਠਾ ਮਸੰਦ ਹੈ ਗੁਰੂ ਘਰ ਦਾ ਨਾਮ ਹੈ ਭਾਈ ਜੇਠਾ, ਜਦੋਂ ਉਸਨੇ ਵੇਖਿਆ ਵੀ ਮਾਤਾ ਜੀ ਤਾਂ ਵੈਰਾਗ ਕਰਦੇ ਪਏ ਫਿਰ ਉਹ ਸਮਝਾ ਰਿਹਾ ਹੈ, ਕਹਿ ਲੱਗਾ ਮਾਤਾ ਜੀ ਇਹ ਸਤਿਗੁਰਾਂ ਦੀ ਗ੍ਰਿਫਤਾਰੀ ਜਿਹੜੀ ਹੈ ਨਾ ਇਹ ਉਹਨਾਂ ਦੀ ਆਪਣੀ ਮੌਜ ਹੈ, ਆਪਣੀ ਮੌਜ ਨਾਲ ਆਪਣੀ ਮਰਜ਼ੀ ਨਾਲ ਗ੍ਰਿਫਤਾਰੀ ਦਿੱਤੀ ਹੈ, ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਸ਼ਹੀਦੀ ਦੇਣੀ ਹੈ, ਜਿਹੜਾ ਕੰਮ ਉਹਨਾਂ ਦੀ ਮਰਜ਼ੀ ਵਿੱਚ ਹੋ ਰਿਹਾ ਹੁਕਮ ਦੇ ਵਿੱਚ ਹੋ ਰਿਹਾ ਉਸ ਕੰਮ ਦੇ ਉੱਪਰ ਵੈਰਾਗ ਨਹੀਂ ਕਰਨਾ ਚਾਹੀਦਾ। ਅਤੇ ਦੂਜਾ ਬਚਨ ਇਹ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਜਗ੍ਹਾ ਦੇ ਉੱਪਰ ਉਹਨਾਂ ਦੇ ਸਾਹਿਬਜ਼ਾਦੇ ਇਸ ਵੇਲੇ ਗੋਬਿੰਦ ਰਾਏ ਜੀ ਹਨ, ਇਹ ਉਹਨਾਂ ਦੀ ਜਗ੍ਹਾ ਦੇ ਉੱਪਰ
ਉਹਨਾਂ ਦੇ ਰਹਿੰਦੇ ਹੋਏ ਕਾਰਜਾਂ ਨੂੰ ਇਹਨਾਂ ਨੇ ਸੰਪੂਰਨ ਕਰਨਾ ਹੈ। ਰਿਤ ਪਾਰ ਹੋ ਸਭ ਦੇ ਅਹਿਲਾਦਾ, ਇਹਨਾਂ ਨੂੰ ਖੁਸ਼ੀ ਦਿਓ। ਹੁਣ ਪੋਤਰਾ ਤੁਹਾਡੇ ਕੋਲ ਹੈ, ਮਾਤਾ ਨਾਨਕੀ ਜੀ ਪੋਤਰਾ ਤੁਹਾਡੇ ਕੋਲ ਹੈ, ਮਾਤਾ ਗੁਜਰੀ ਜੀ ਪੁੱਤਰ ਤੁਹਾਡੇ ਕੋਲ ਹੈ, ਨਾਮ ਹੈ ਗੋਬਿੰਦ ਰਾਏ। ਇਸ ਵੇਲੇ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਕੇ ਵੈਰਾਗ ਕਰਦੇ ਪਏ ਹੋ, ਨੇਤਰਾਂ ਵਿੱਚ ਜਲ ਚੱਲਦਾ ਪਿਆ। ਇਸ ਗੱਲ ਨੂੰ ਭੁਲਾ ਕੇ ਆਪਣੇ ਪੋਤਰੇ ਵੱਲ ਧਿਆਨ ਦਿਓ, ਇਹਨੂੰ ਖੁਸ਼ੀ ਖੁਸ਼ੀ ਪਾਲਣਾ ਕਰੋ ਤਾਂ ਕਿ ਵੱਡਾ ਹੋ ਕੇ ਇਹ ਗੁਰਤਾ ਗੱਦੀ ਦੇ ਉੱਪਰ ਬਰਾਜਣਗੇ, ਸੰਗਤਾਂ ਨੂੰ ਸੰਭਾਲਣਗੇ, ਰਹਿੰਦੇ ਕਾਰਜ ਜਿਹੜੇ ਨੇ ਆਪ ਇਹਨਾਂ ਨੇ ਕਰਨੇ ਨੇ। ਇਸ ਕਰਕੇ ਪੁੱਤਰ ਨੂੰ ਖੁਸ਼ੀ ਦੇ ਨਾਲ ਪਾਲਣਾ ਕਰੋ। ਜਥਾ ਕਹੇ ਕਰੀਏ ਤਿੰਬਤੀ, ਜਿਵੇਂ ਸਤਿਗੁਰੂ ਕਹਿੰਦੇ ਨੇ, ਸਾਹਿਬ ਗੋਬਿੰਦ ਰਾਏ ਜੀ ਜਿਵੇਂ ਕਹਿਣਗੇ ਨਾ ਤੁਸੀਂ ਉਸੇ ਤਰ੍ਹਾਂ ਕਰਨਾ। ਉਹਦਾ ਕਾਰਨ ਇਹ ਹੈ, ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਬਚਨ ਮਾਤਾ ਗੁਜਰੀ ਜੀਆਂ ਨੂੰ ਆਖੇ ਸਨ। ਜਦੋਂ ਸਤਿਗੁਰਾਂ ਦਾ ਮਿਲਾਪ ਹੋਇਆ ਨਾ ਪਟਨਾ ਸਾਹਿਬ ਦੀ ਧਰਤੀ 'ਤੇ, ਗੋਬਿੰਦ ਰਾਏ ਸਾਹਿਬ ਜੀਆਂ ਦਾ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ, ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਆਖੇ ਸਨ। ਕਹਿਣ ਲੱਗੇ, ਗੁਜਰੀ ਜੀ ਸਾਡੇ ਪੁੱਤਰ ਨੂੰ ਕਦੇ ਕੋਈ ਕੰਮ ਕਰਦਿਆਂ ਰੋਕਣਾ ਨਹੀਂ ਹੈ, ਕਦੇ ਇਹਨਾਂ ਦੇ ਕੰਮ ਦੇ ਹੁੰਦੇ ਨੂੰ ਰੋਕ ਨਹੀਂ ਪਾਉਣੀ ਹੈ। ਜਿਵੇਂ ਇਹ ਕਹਿਣ, ਜਿਵੇਂ ਇਹ ਕਰਨ, ਉਵੇਂ ਖੁਸ਼ ਰਹਿਣਾ ਹੈ ਇਹਨਾਂ ਦੇ ਹੁਕਮ ਦੇ ਵਿੱਚ, ਇਹਨਾਂ ਦੀ ਆਗਿਆ ਦੇ ਵਿੱਚ। ਉਹੀ ਬਚਨ ਜਿਹੜਾ ਹੈ ਇਹ ਭਾਈ ਜੇਠਾ ਜਿਹੜਾ ਸਤਿਗੁਰਾਂ ਦੇ ਕੋਲੋਂ ਚੱਲ ਕੇ ਆਇਆ, ਇਹ ਵੀ ਮਾਤਾ ਗੁਜਰੀ ਜੀਆਂ ਨੂੰ ਇਹੋ ਹੀ ਬਚਨ ਕਰਦਾ ਪਿਆ। ਕਹਿਣ ਲੱਗੇ ਵੀ ਸਤਿਗੁਰੂ ਜੋ ਕਰਨਗੇ ਨਾ ਗੋਬਿੰਦ ਰਾਏ ਜੀ, ਤੁਸੀਂ ਉਸ ਨੂੰ ਖੁਸ਼ੀ ਖੁਸ਼ੀ ਮੰਨਣਾ ਹੈ, ਰੋਕਣਾ ਟੋਕਣਾ ਨਹੀਂ ਹੈ, ਐਸੀ ਬਿਰਤੀ ਨਹੀਂ ਰੱਖਣੀ ਹੈ। ਦੇਖਤ ਰਹੀ ਹੈ ਸੀਤਲ ਛਾਤੀ, ਆਪਣੇ ਪੋਤਰੇ ਨੂੰ ਦੇਖੋ ਅੱਖਾਂ ਦੇ ਨਾਲ, ਕਿਵੇਂ ਜਵਾਨ ਹੁੰਦਾ, ਜਵਾਨ ਹੋ ਕੇ ਕਿਵੇਂ ਗੁਰਤਾ ਗੱਦੀ 'ਤੇ ਬੈਠਣਗੇ, ਕਿਵੇਂ ਇਹ ਕਾਰਜ ਕਰਨਗੇ। ਇਹਨਾਂ ਦੇ ਕਾਰਜਾਂ ਨੂੰ ਵੇਖ ਵੇਖ ਕੇ ਖੁਸ਼ ਹੋਵੋ, ਤੁਹਾਡੀ ਛਾਤੀ ਸੀਤਲ ਹੋਵੇਗੀ, ਤੁਹਾਨੂੰ ਠੰਡ ਪੈ ਜਾਏਗੀ ਆਪਣੇ ਪੋਤਰੇ ਦੇ ਕਾਰਜ ਵੇਖ ਕੇ। ਇਹ ਸਾਰੀਆਂ ਗੱਲਾਂ ਇੱਕ ਸਿੱਖ ਗੁਰੂ ਘਰ ਦਾ ਮਸੰਦ ਜੋ ਹੈ ਇਹ ਮਾਤਾ ਗੁਜਰੀ ਜੀਆਂ ਨੂੰ, ਮਾਤਾ ਨਾਨਕੀ ਜੀਆਂ ਨੂੰ ਆਖ ਰਿਹਾ ਹੈ। ਕਬ ਕਬ ਜੇਠਾ ਕਹਿ ਪਰਚਾਵੇ, ਇਸ ਤਰ੍ਹਾਂ ਭਾਈ ਜੇਠਾ ਇਹ ਗੁਰੂ ਕਾ ਸਿੱਖ ਇਹ ਮਾਤਾ ਜੀਆਂ ਨੂੰ ਸਮਝਾਉਂਦਾ ਹੈ, ਕਦੇ ਵੱਡੇ ਮਾਤਾ ਜੀ ਨਾਨਕੀ ਜੀ, ਕਦੇ ਦੂਸਰੇ ਮਾਤਾ ਜੀ ਗੁਜਰੀ ਜੀ, ਉਹਨਾਂ ਨੂੰ ਸਮਝਾਉਂਦਾ ਹੈ ਕਿ ਆਪਣੇ ਪੋਤਰੇ ਜਾਂ ਪੁੱਤਰ ਨੂੰ ਚੰਗੀ ਤਰ੍ਹਾਂ ਖੁਸ਼ੀ ਨਾਲ ਪਾਲੋ, ਇਹਨਾਂ ਦੇ ਕਾਰਜਾਂ ਨੂੰ ਕੰਮਾਂ ਨੂੰ ਵੇਖ ਕੇ ਖੁਸ਼ ਹੋਣਾ ਕਰੋ। ਸਕਲ ਵਿਧਨ ਕੀ ਸੇਵਕ ਮਾਵੇ, ਇਹਨਾਂ ਦੀ ਸੇਵਾ ਜਿਹੜੀ ਹੈ ਨਾ, ਜਿਵੇਂ ਦਾ ਵੀ ਇਹਨਾਂ ਦਾ ਹੁਕਮ ਹੋਵੇ, ਜਿਹੜਾ ਵੀ ਇਹ ਕਾਰਜ ਕਰਨਾ ਚਾਹੁਣ, ਇਹਨਾਂ ਦੇ ਕੰਮ ਦੇ ਵਿੱਚ ਕਦੇ ਵੀ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ, ਕੰਮ ਨੂੰ ਕਦੇ ਰੋਕਣਾ ਨਹੀਂ ਹੈ, ਇਹਨਾਂ ਦੇ ਕੰਮ ਦੇ ਵਿੱਚ ਇਹਨਾਂ ਦੀ ਰਜ਼ਾ ਵਿੱਚ ਖੁਸ਼ ਰਹਿਣਾ ਕਰੋ। ਅਪਰ ਕਥਾ ਲਖਨੌਰ ਜੋ ਕੀ, ਸੋ ਕਹਿਣ ਲੱਗੇ ਵੀ ਇਹ ਲਖਨੌਰ ਦੀ ਕਥਾ ਹੈ, ਜਿੱਥੇ ਇਸ ਵੇਲੇ ਸਤਿਗੁਰਾਂ ਦਾ ਪਰਿਵਾਰ ਟਿਕਿਆ ਨਾ, ਗੋਬਿੰਦ ਰਾਏ ਸਾਹਿਬ ਜੀਆਂ ਨੇ ਉੱਥੇ ਚਰਨ ਪਾਏ ਨੇ, ਮਾਤਾ ਨਾਨਕੀ ਜੀ ਉੱਥੇ ਰਹੇ ਨੇ, ਮਾਤਾ ਗੁਜਰੀ ਜੀ ਉੱਥੇ ਰਹੇ। ਲਖਨੌਰ ਦੇ ਵਿੱਚ ਇੱਕ ਪ੍ਰੇਮੀ ਸਿੱਖ ਦਾ ਘਰ ਸੀ ਅਤੇ ਇਹ ਪਰਿਵਾਰ ਉਹ ਸਿੱਖ ਦੇ ਘਰ ਦੇ ਵਿੱਚ ਰਹਿੰਦਾ ਹੈ। ਕਹਿਣ ਲੱਗੇ, ਲਖਨੌਰ ਸ਼ਹਿਰ ਦੀ ਹੋਰ ਵੀ ਜਿਹੜੀ ਕਥਾ ਹੈ ਜੋ ਉੱਥੇ ਮਹਾਰਾਜ ਨੇ ਕੌਤਕ ਕੀਤੀ, ਉਹ ਆਪਾਂ ਸਰਵਣ ਕਰਦੇ ਹਾਂ। ਵਰਣਨ ਕਰੋ ਪ੍ਰੇਮ ਰਸ ਭੀ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਤਿਹਾਸ ਗੁਰੂ ਕੀ ਸੰਗਤ ਇਹ ਤੁਹਾਨੂੰ ਮਿਲੇਗਾ ਨਹੀਂ ਕਿਤਿਓਂ, ਵੱਖ ਵੱਖ ਜਿਹੜੀਆਂ ਸਾਖੀਆਂ ਆਪਾਂ ਸਰਵਣ ਕਰ ਰਹੇ ਹਨ ਇਹ ਇਤਿਹਾਸ 'ਤੇ ਮਿਲ ਜਾਵੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਕਿਵੇਂ ਹੋਈ ਹੈ, ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਕਿਵੇਂ ਸਾਜਿਆ, ਇਹ ਜਿਹੜਾ ਮੁੱਖ ਮੁੱਖ ਇਤਿਹਾਸ ਹੈ, ਮੇਨ ਇਤਿਹਾਸ 'ਤੇ ਸਾਨੂੰ ਮਿਲ ਜਾਵੇਗਾ, ਪਰ ਇਹ ਜਿਹੜੀਆਂ ਹੋਰ ਛੋਟੀਆਂ ਸਾਖੀਆਂ ਹਨ ਬਰੀਕੀ ਦੇ ਵਿੱਚ, ਉਹ ਕਿਤਿਓਂ ਪ੍ਰਾਪਤ ਨਹੀਂ ਹੋਣਗੀਆਂ। ਕਹਿਣ ਲੱਗੇ, ਆਓ ਤੁਹਾਨੂੰ ਪ੍ਰੇਮ ਦੇ ਨਾਲ ਲਖਨੌਰ ਦੀ ਹੋਰ ਕਥਾ, ਗੁਰੂ ਪਰਿਵਾਰ ਨੇ ਉੱਥੇ ਕੀ ਕੀਤਾ, ਉਹ ਆਪਾਂ ਪ੍ਰੇਮ ਦੇ ਨਾਲ ਸਰਵਣ ਕਰਦੇ ਹਾਂ। ਦੋਹਰਾ ਪ੍ਰਥਮ ਵਸੇ ਜੁਗ ਮਾਤ ਜੁਤ ਗੁਰੂ ਇਕਾਕੇ ਹੋਏ, ਉਹ ਕਹਿਣ ਲੱਗੇ ਕਿ ਭਾਈ ਪਹਿਲਾਂ ਵੀ ਇੱਥੇ ਲਖਨੌਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਅਤੇ ਇਹ ਸਾਰਾ ਪਰਿਵਾਰ ਇੱਥੇ ਵਸਿਆ ਹੈ। ਸੇਵਕ ਇੱਕ ਭੀ ਸੰਗ ਹੈ ਤਨ ਤੀਨੋ ਤਹਿ ਜੋਏ, ਉਹ ਕਹਿਣ ਲੱਗੇ ਵੀ ਇੱਥੇ ਦੋ ਮਾਤਾ ਅਤੇ ਇੱਕ ਗੁਰੂ ਸਾਹਿਬ ਜੀ, ਤਿੰਨ ਜਾਣੇ ਹੀ ਇਸ ਲਖਨੌਰ ਸ਼ਹਿਰ ਦੇ ਵਿੱਚ ਉਹ ਜਿਹੜਾ ਸਿੱਖ ਦਾ ਘਰ ਹੈ ਨਾ। ਸੋ ਮਾਤਾ ਨਾਨਕੀ ਜੀਆਂ ਦੇ ਮਨ ਵਿੱਚ ਇਹ ਵਿਚਾਰ ਆ ਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਕੈਦ ਕਰ ਲਿਆ, ਹੋ ਸਕਦਾ ਔਰੰਗਜ਼ੇਬ ਦੀ ਫੌਜ ਸਤਿਗੁਰਾਂ ਦਾ ਪਰਿਵਾਰ ਲੱਭਣ ਵਾਸਤੇ ਤਲਾਸ਼ੀ ਦੀ ਮੁਹਿੰਮ ਚਲਾ ਦੇਵੇ ਵੱਖ ਵੱਖ ਇਲਾਕਿਆਂ ਵਿੱਚ, ਸ਼ਹਿਰਾਂ ਵਿੱਚ, ਕਿ ਗੁਰੂ ਪਰਿਵਾਰ ਨੂੰ ਲੱਭ ਕੇ ਲੈ ਕੇ ਆਓ ਜਾਂ ਗੁਰੂ ਪੁੱਤਰ ਨੂੰ ਲੱਭ ਕੇ ਲੈ ਕੇ ਆਓ, ਹੋ ਸਕਦਾ ਔਰੰਗਜ਼ੇਬ ਇਹ ਕੁਝ ਕਰੇ। ਇਸ ਕਰਕੇ ਮਾਤਾ ਨਾਨਕੀ ਜੀ ਆਪਣੀ ਨੂੰਹ ਨੂੰ ਨਾਲ ਲੈ ਕੇ, ਮਾਤਾ ਗੁਜਰੀ ਜੀਆਂ ਨੂੰ, ਆਪਣੇ ਪੋਤਰੇ ਗੋਬਿੰਦ ਰਾਏ ਜੀਆਂ ਨੂੰ,
ਇਹ ਤਿੰਨੇ ਜਾਣੇ ਇੱਕ ਬੰਦ ਘਰ ਦੇ ਵਿੱਚ ਰਹਿ ਆਪਣੀ ਸੇਵਾ ਆਪਣੇ ਕਾਰਜ ਪ੍ਰਸ਼ਾਦਾ ਪਾਣੀ ਬਣਾਉਣਾ ਛਕਣਾ ਇਹ ਸਾਰਾ ਕੁਝ ਆਪ ਇਹਨਾਂ ਨੇ ਹੱਥੀਂ ਇਹ ਸਾਰੇ ਕਾਰਜ ਕੀਤੇ ਕਿਸੇ ਨੂੰ ਆਪਣੇ ਕੋਲ ਰੱਖਿਆ ਨਹੀਂ ਕਾਰਨ ਇਹ ਸੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਮਹਾਰਾਜ ਦਾ ਪਰਿਵਾਰ ਇੱਥੇ ਵਾਸਾ ਕਰਦਾ ਹੈ ਚੌਪਈ ਜੋ ਕੁਛ ਹੋਏ ਚਾਹੇ ਚਿਤ ਸੇਵਾ ਸੋ ਜਿਹੜੀ ਵੀ ਕੋਈ ਸੇਵਾ ਚਾਹੀਦੀ ਹੈ ਹੁਣ ਘਰ ਦੇ ਵਿੱਚ ਰਹਿੰਦੇ ਹਾਂ ਪ੍ਰਸ਼ਾਦੇ ਵਾਸਤੇ ਰਸਤਾਂ ਚਾਹੀਦੀਆਂ ਨੇ ਪਹਿਨਣ ਵਾਸਤੇ ਬਸਤਰ ਜਾਂ ਮਾਇਆ ਦੀ ਲੋੜ ਪੈਣੀ ਹੈ ਜੋ ਵੀ ਕੋਈ ਚਾਹੀਦਾ ਹੈ ਜੇਠਾ ਕਰੇ ਜਾਨ ਗੁਰਦੇਵਾ ਇਹ ਕੇਵਲ ਭਾਈ ਜੇਠਾ ਇੱਕੋ ਹੀ ਸਿੱਖ ਹੈ ਉਹਦੀ ਡਿਊਟੀ ਲਾਈ ਮਾਤਾ ਜੀ ਨੇ ਵੀ ਤੂੰ ਕਿਸੇ ਕੋਈ ਬਚਾ ਨਹੀਂ ਕਰਨਾ ਕਿਸੇ ਨੂੰ ਦੱਸਣਾ ਨਹੀਂ ਹੈ ਵੀ ਗੁਰੂ ਪਰਿਵਾਰ ਇੱਥੇ ਰਹਿ ਰਿਹਾ ਬਸ ਇਹ ਤੇਰੇ ਇਕੱਲੇ ਦੇ ਕੋਲ ਹੀ ਸੇਵਾ ਹੈ ਭਾਈ ਜੇਠਾ ਜੀ ਬਸਤਰਾਂ ਦੀ ਸੇਵਾ ਕਰਦੇ ਜੇ ਨਵੇਂ ਬਸਤਰਾਂ ਦੀ ਲੋੜ ਹੈ ਬਾਹਰੋਂ ਲੈ ਕੇ ਆਉਂਦੇ ਭੋਜਨ ਛਕਣ ਵਾਸਤੇ ਜੇ ਸੁੱਕੀ ਰਸਤ ਦੀ ਲੋੜ ਹੈ ਜਿਵੇਂ ਆਟਾ ਹੈ ਇਸੇ ਤਰ੍ਹਾਂ ਹੋਰ ਦਾਲਾਂ ਸਬਜ਼ੀਆਂ ਭਾਜੀਆਂ ਹਨ ਜੇ ਉਹਨਾਂ ਦੀ ਲੋੜ ਹੈ ਤੇ ਉਹ ਲੈ ਕੇ ਆਉਂਦੇ ਇਸ ਤਰ੍ਹਾਂ ਭਾਈ ਜੇਠਾ ਜੀ ਸਾਰੀ ਸਮੱਗਰੀ ਘਰ ਵਿੱਚ ਪਹੁੰਚਾਉਂਦੇ ਹਨ ਭੋਜਨ ਬਣਾਵੇ ਇੱਕ ਬ੍ਰਾਹਮਣ ਘਰ ਵਿੱਚ ਰੱਖਿਆ ਹੋਇਆ ਰਸੋਈਆ ਗੁਰੂ ਘਰ ਦੇ ਵਿੱਚ ਭੋਜਨ ਬਣਾਉਣ ਵਾਲਾ ਉਹ ਬ੍ਰਾਹਮਣ ਰੱਖਿਆ ਹੋਇਆ ਕਿ ਬ੍ਰਾਹਮਣ ਸੁੱਚ ਪਵਿੱਤਰਤਾ ਰੱਖਦਾ ਹੈ ਅਤੇ ਆਪਣੇ ਆਪ ਨੂੰ ਉੱਚੀ ਕੁੱਲ ਦਾ ਸਾਬਤ ਕਰਦਾ ਫਿਰ ਸੁੱਚ ਪਵਿੱਤਰਤਾ ਰੱਖਦਾ ਆਪਣੇ ਭੋਜਨ ਵਾਸਤੇ ਉਹ ਭੋਜਨ ਬਣਾਉਣ ਵਾਸਤੇ ਘਰ ਵਿੱਚ ਰੱਖ ਲਿਆ ਬ੍ਰਾਹਮਣ ਹੈ ਜਾਤੀ ਦਾ ਇਹ ਗੁਰੂ ਘਰ ਦੇ ਵਿੱਚ ਰਹਿ ਕੇ ਭੋਜਨ ਤਿਆਰ ਕਰਦਾ ਹੈ ਦੋਵੇਂ ਸਮੇਂ ਕਰ ਸਵਾਦ ਅਚਾਵੇ ਅਤੇ ਦੋਵੇਂ ਸਮੇਂ ਸਵੇਰ ਵੇਲੇ ਵੀ ਜਦੋਂ ਪ੍ਰਸ਼ਾਦਾ ਛਕਣ ਦਾ ਟਾਈਮ ਹੁੰਦਾ ਸਾਹਿਬ ਗੋਬਿੰਦ ਰਾਏ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਇਹ ਤਿੰਨੇ ਜਾਣੇ ਮਿਲ ਕੇ ਸਵੇਰ ਵੇਲੇ ਭੋਜਨ ਛਕਦੇ ਅਤੇ ਉਸ ਤੋਂ ਮਗਰੋਂ ਜਦੋਂ ਰਾਤ ਨੂੰ ਭੋਜਨ ਦੀ ਲੋੜ ਪੈਂਦੀ ਹੈ ਉਦੋਂ ਵੀ ਇਹ ਬ੍ਰਾਹਮਣ ਭੋਜਨ ਤਿਆਰ ਕਰ ਦਿੰਦਾ ਅਤੇ ਫਿਰ ਰਾਤ ਦਾ ਭੋਜਨ ਛਕਦੇ ਦੋ ਸਮੇਂ ਇਹ ਬ੍ਰਾਹਮਣ ਜਿਹੜਾ ਹੈ ਇਹ ਭੋਜਨ ਤਿਆਰ ਕਰਕੇ ਦਿੰਦਾ ਹੈ ਦਿਨ ਮੈਂ ਤਹਿ ਗਨ ਬਾਲਕ ਮੇਲ ਤੇ ਕਹਿਣ ਲੱਗੇ ਜਦੋਂ ਦਿਨ ਦਾ ਸਮਾਂ ਹੁੰਦਾ ਹੈ ਨਾ ਤੇ ਇਲਾਕੇ ਦੇ ਨੇੜੇ ਨੇੜੇ ਪਿੰਡਾਂ ਦੇ ਜਾਂ ਘਰਾਂ ਦੇ ਜਿਹੜੇ ਬਾਲਕ ਬੱਚੇ ਨੇ ਉਹ ਸਾਰੇ ਇਕੱਠੇ ਹੋ ਜਾਂਦੇ ਹਨ ਵਹਿਰ ਗ੍ਰਾਮ ਢਿੱਗ ਖੇਲਦ ਖੇਲ ਸਤਿਗੁਰੂ ਪਾਤਸ਼ਾਹ ਜੀ ਬਾਹਰ ਖੇਡਦੇ ਨੇ ਗੋਬਿੰਦ ਰਾਏ ਜੀ ਭਾਵੇਂ ਕਿ ਮਾਤਾ ਨਾਨਕੀ ਜੀ ਵਾਰ ਵਾਰ ਕਹਿੰਦੇ ਪੁੱਤਰ ਜੀ ਬਾਹਰ ਨਹੀਂ ਜਾਣਾ ਘਰ ਵਿੱਚ ਰਹੋ ਪਰ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਤਾ ਜੀ ਡਰ ਕੇ ਨਹੀਂ ਕਿਸੇ ਤੋਂ ਰਹਿਣਾ ਡਰ ਕੇ ਕਿੰਨਾ ਕੁ ਚਿਰ ਬੈਠੇ ਰਹਾਂਗੇ ਜਿਹੜਾ ਸਮਾਂ ਬਣਨਾ ਉਹਨੇ ਬਣ ਕੇ ਹੀ ਰਹਿਣਾ ਹੈ ਜੋ ਕੁਝ ਹੋਣਾ ਹੈ ਉਹਨੇ ਹੋ ਕੇ ਰਹਿਣਾ ਹੈ ਅਸੀਂ ਡਰ ਕੇ ਕਿਉਂ ਘਰ ਵਿੱਚ ਬੈਠੀਏ ਇਹ ਗੱਲ ਕਹਿ ਕੇ ਗੋਬਿੰਦ ਰਾਏ ਜੀ ਬਾਹਰ ਚਲੇ ਜਾਂਦੇ ਆਪਣੇ ਹਾਣੀਆਂ ਨੂੰ ਸਾਥੀਆਂ ਨੂੰ ਆਪਣੇ ਹਾਣ ਉਮਰ ਦੇ ਬੱਚਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਨਾਲ ਗਲੀਆਂ ਦੇ ਵਿੱਚ ਇਸ ਤਰ੍ਹਾਂ ਖੇਡਾਂ ਨੂੰ ਖੇਡਦੇ ਹਨ ਕਿੰਦੁਕ ਡੰਡਾ ਕਹਿ ਜੁਗ ਹਾਥ ਸੋ ਕਹਿਣ ਲੱਗੇ ਕਿੰਦੁਕ ਤੋਂ ਭਾਵ ਹੈ ਖਿੱਦੋ ਖੁੰਡੀ ਪਿੰਡਾਂ ਦੇ ਵਿੱਚ ਖੇਡੀ ਜਾਣ ਵਾਲੀ ਇੱਕ ਖੇਡ ਜਿਸ ਨੂੰ ਖਿੱਦੋ ਖੁੰਡੀ ਕਿਹਾ ਜਾਂਦਾ ਹੈ ਉਹਨਾਂ ਨੂੰ ਹੱਥ ਵਿੱਚ ਪਕੜ ਕੇ ਖੁੰਡੀ ਨੂੰ ਹੱਥ ਵਿੱਚ ਪਕੜ ਕੇ ਅਤੇ ਖਿੱਦੋ ਨੂੰ ਗੇਂਦ ਨੂੰ ਇੱਧਰ ਉੱਧਰ ਨੂੰ ਭਜਾਉਂਦੇ ਨੇ ਅਤੇ ਬੱਚੇ ਸਾਰੇ ਉਸ ਨੂੰ ਪਕੜਨ ਵਾਸਤੇ ਦੌੜਦੇ ਇਹ ਖੇਡਾਂ ਮਹਾਰਾਜ ਜੀ ਕਰਦੇ ਹਨ ਦੂਰ ਮਾਰ ਕਰ ਨਾਥ ਸਤਿਗੁਰੂ ਪਾਤਸ਼ਾਹ ਜੀ ਖੁੰਡੀ ਦੇ ਨਾਲ ਜਦੋਂ ਉਸ ਖਿੱਦੋ ਨੂੰ ਮਾਰਦੇ ਨੇ ਨਾ ਗੇਂਦ ਨੂੰ ਮਾਰਦੇ ਨੇ ਜ਼ੋਰ ਦੀ ਨਾਲ ਖੁੰਡੀ ਅਤੇ ਕਹਿਣ ਲੱਗੇ ਉਹ ਖਿੱਦੋ ਬਹੁਤ ਦੂਰ ਚਲੇ ਜਾਂਦੀ ਹੈ ਇਸ ਤਰ੍ਹਾਂ ਮਾਲਕ ਸਤਿਗੁਰੂ ਜੀ ਇਹ ਕੌਤਕ ਜਿਹੜੇ ਨੇ ਇਹ ਕਰਦੇ ਨੇ ਅਤੇ ਸਤਿਗੁਰੂ ਇਸ ਤਰ੍ਹਾਂ ਬੱਚਿਆਂ ਦੇ ਨਾਲ ਬੜੀ ਪ੍ਰਸੰਨਤਾ ਦੇ ਨਾਲ ਖੇਡਦੇ ਪਏ ਅਤੇ ਇਸ ਤਰ੍ਹਾਂ ਬੱਚਿਆਂ ਦੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ ਜੇ ਬੱਚੇ ਦੌੜਨਗੇ ਭੱਜਣਗੇ ਖੇਡਾਂ ਨੂੰ ਖੇਡਣਗੇ ਉਹਨਾਂ ਨੂੰ ਭੁੱਖ ਵੀ ਲੱਗੇਗੀ ਪਿਆਸ ਵੀ ਲੱਗੇਗੀ ਭੋਜਨ ਵੀ ਛਕਣਗੇ ਅਤੇ ਸਰੀਰ ਦੇ ਵਿੱਚ ਵਾਧਾ ਹੋਵੇਗਾ ਕਸਰਤ ਹੁੰਦੀ ਹੈ ਇਸ ਤਰ੍ਹਾਂ ਬਾਲਕ ਉਮਰ ਦੇ ਵਿੱਚ ਖੇਡਾਂ ਵੀ ਪਿਆਰੀਆਂ ਲੱਗਦੀਆਂ ਅਤੇ ਉਹਨਾਂ ਖੇਡਾਂ ਦੇ ਨਾਲ ਸਰੀਰ ਦਾ ਵਿਕਾਸ ਵੀ ਹੁੰਦਾ ਹੈ ਹੌਲੀ ਹੌਲੀ ਸਮਾਂ ਬਦਲਣ ਕਰਕੇ ਅੱਜ ਉਹ ਖੇਡਾਂ ਜਿਹੜੀਆਂ ਨੇ ਨਾ ਸਾਡੇ ਕੋਲ ਜਗ੍ਹਾ ਰਹਿ ਗਈ ਹੈ ਨਾ ਉਨੀਆਂ ਗਰਾਊਂਡਾਂ ਨੇ ਨਾ ਉਨੀ ਜਗ੍ਹਾ ਹੈ ਕਿ ਕਿਤੇ ਖਿੱਡੋ ਖੁੰਡੀ ਦਾ ਇਹ ਜਿਹੜਾ ਖੇਡ ਹੈ ਇਸ ਨੂੰ ਖੇਡਿਆ ਜਾ ਸਕੇ ਨਾ ਹੀ ਇੰਨੇ ਅੱਜ ਬਾਲਕ ਇਕੱਠੇ ਹੁੰਦੇ ਨੇ ਹਰੇਕ ਬਾਲਕ ਨੂੰ ਮਾਂ ਬਾਪ ਨਹੀਂ ਚਾਹੁੰਦੇ ਕਿ ਬਾਹਰ ਜਾ ਕੇ ਖੇਡੇ ਅੱਜ ਕੱਲ੍ਹ ਨਵੀਆਂ ਨਵੀਆਂ ਖੇਡਾਂ ਮੋਬਾਈਲ ਦੇ ਉੱਪਰ ਚੱਲ ਪੈਂਦੀਆਂ ਜਾਂ ਨਵੇਂ ਨਵੇਂ ਜਿਹੜੇ ਹੋਰ ਕਈ ਉਪਚਾਰ ਨੇ ਮੋਬਾਈਲ ਦੇ ਉੱਪਰ ਆ ਜਾਂਦੇ ਬੱਚੇ ਘਰ ਵਿੱਚ ਬੈਠੇ ਮੋਬਾਈਲ ਦੇ ਉੱਪਰ ਗੇਮ ਹੀ ਖੇਡਦੇ ਰਹਿੰਦੇ ਉਹਦੇ ਨਾਲ ਅੱਖਾਂ ਤੇ ਖਰਾਬ ਹੋਣਗੀਆਂ ਸਰੀਰ ਦਾ ਬਿਲਕੁਲ ਵਿਕਾਸ ਨਹੀਂ ਹੋਵੇਗਾ ਰੁਕ ਜਾਏਗਾ ਪਰ ਜਿਹੜੀਆਂ ਖੇਡਾਂ ਪਹਿਲੇ ਸਮੇਂ ਵਿੱਚ ਬੱਚੇ ਖੇਡਦੇ ਸਨ ਉਹਦੇ ਨਾਲ ਸਰੀਰ ਦੇ ਵਿੱਚ ਸਗੋਂ ਵਿਕਾਸ ਹੁੰਦਾ ਸਰੀਰ ਸਗੋਂ ਵਾਧਾ ਫੁੱਲਦਾ ਹੈ ਸਰੀਰ ਦੀ ਕਸਰਤ ਹੁੰਦੀ ਹੈ ਹਰਕਤ ਹੁੰਦੀ ਹੈ ਸਮੇਂ ਸਿਰ ਭੁੱਖ ਅਤੇ ਪਿਆਸ ਵੀ ਲੱਗਦੀ ਹੈ ਸਰੀਰ ਵਾਧਾ ਅਤੇ ਜਵਾਨ ਵੀ ਹੁੰਦਾ ਪਰ ਜਿਹੜੀਆਂ ਅੱਜ ਖੇਡਾਂ ਨੇ ਅੱਖਾਂ ਦੇ ਉੱਪਰ ਦਿਮਾਗ ਦੇ ਉੱਪਰ ਪ੍ਰਭਾਵ ਪਾਉਣ ਵਾਲੀਆਂ ਜਾਂ ਕਈ ਗੇਮਾਂ ਇਹੋ ਜਿਹੀਆਂ ਚੱਲਦੀਆਂ ਪਈਆਂ ਮੋਬਾਈਲ ਦੇ ਵਿੱਚ ਨੈੱਟ ਦੇ ਵਿੱਚ ਕਿ ਬੱਚੇ ਖੁਦਕੁਸ਼ੀਆਂ ਵੀ ਕਰ ਜਾਂਦੇ ਉਹ ਖੇਡ ਦੇ ਵਿੱਚ ਇੰਨਾ ਵਿਅਸਤ ਹੋ ਜਾਂਦੇ
ਸੋ ਇਹ ਇੱਕ ਮਾਰੂ ਜਿਹੜਾ ਹੈ ਇਹ ਸਾਡੇ ਉੱਪਰ ਸੱਭਿਆਚਾਰ ਜਿਹੜਾ ਹੈ ਉਹ ਪੈ ਚੁੱਕਿਆ, ਜਿਹੜਾ ਬੜਾ ਹੀ ਘਾਤਕ ਹੈ, ਬੜਾ ਹੀ ਦੁੱਖ ਦੇਣ ਵਾਲਾ। ਸੋ ਨਹੀਂ ਸੀ ਇਸ ਤਰ੍ਹਾਂ ਦਾ ਕੁਝ ਹੋਣਾ ਚਾਹੀਦਾ, ਪਰ ਸਮਾਂ ਬਦਲਦਾ ਜਾਂਦਾ, ਸੋਚ ਬਦਲਦੀ ਜਾਂਦੀ ਹੈ। ਪਹਿਲੇ ਸਮੇਂ ਵਿੱਚ ਸਾਰੇ ਪਿੰਡ ਦੇ ਬੱਚੇ ਜਿਹੜੇ ਸਨ ਉਹ ਜਾਤ ਪਾਤ ਦਾ ਵਿਤਕਰਾ ਪਰੇ ਕਰਕੇ ਅਤੇ ਇਕੱਠੇ ਮਿਲ ਕੇ ਖੇਡਦੇ ਸਨ। ਅੱਜ ਇਹਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਇਹ ਗਰੀਬ ਹੈ, ਇਹ ਅਮੀਰ ਹੈ, ਇਹਨੇ ਚੰਗੇ ਕੱਪੜੇ ਨਹੀਂ ਪਾਏ, ਇਹਦੀ ਬਹਿਣੀ ਉੱਠਣੀ ਚੰਗੀ ਨਹੀਂ ਹੈ। ਇਸ ਤਰ੍ਹਾਂ ਵੇਖ ਕੇ ਜਾਂ ਬੱਚੇ ਜਿਹੜੇ ਨੇ ਇਕੱਲੇ ਇਕੱਲੇ ਘਰ ਵਿੱਚ ਰਹਿੰਦੇ ਨੇ, ਜਦੋਂ ਬਾਕੀ ਬੱਚਿਆਂ ਦੇ ਨਾਲ ਜਾ ਕੇ ਮਿਲਦੇ ਨੇ ਆਪਸ ਵਿੱਚ ਲੜੀ ਪੈਂਦੇ, ਉਹਨਾਂ ਨੂੰ ਖੇਡਣਾ ਤਾਂ ਆਉਂਦਾ ਨਹੀਂ, ਇੱਕ ਦੂਜੇ ਨਾਲ ਲੜ ਕੇ ਰੋ ਕੇ ਘਰ ਵਿੱਚ ਆ ਜਾਂਦੇ, ਕਿਉਂਕਿ ਉਹ ਇਕੱਠੇ ਕਿਤੇ ਬਹੁਤੇ ਬੱਚਿਆਂ ਵਿੱਚ ਵਿਚਰੇ ਨਹੀਂ, ਇਸ ਕਰਕੇ ਉਹਨਾਂ ਨੂੰ ਵਿਚਰਨਾ ਆਉਂਦਾ ਨਹੀਂ ਹੈ। ਇਹ ਸਮੇਂ ਦੀ ਵੱਡੀ ਘਾਟ ਬਣ ਗਈ ਹੈ। ਰੋ ਵਿਚਾਰ ਗੋਬਿੰਦ ਰਾਏ ਸਾਹਿਬ ਜੀ ਲਖਨੌਰ ਦੀ ਧਰਤੀ 'ਤੇ ਆਪਣੇ ਹਾਣੀਆਂ ਦੇ ਨਾਲ ਮਿਲ ਕੇ ਖੇਡਦੇ ਹਨ। ਬਾਲਕ ਧਾਏ ਕਹਿ ਤਾਂ ਜਿਹੜੇ ਬਾਲਕ ਬੱਚੇ ਨੇ ਨਾ ਸਤਿਗੁਰਾਂ ਦੇ ਨਾਲ ਖੇਡਣ ਵਾਲੇ ਸਾਥੀ, ਜਦੋਂ ਮਹਾਰਾਜ ਖੁੰਡੀ ਦੇ ਨਾਲ ਉਸ ਸੋ ਖਿੱਦੋ ਨੂੰ ਦੂਰ ਮਾਰਦੇ ਨੇ, ਭਜਾਉਂਦੇ ਨੇ, ਉਸ ਖਿੱਦੋ ਨੂੰ ਪਕੜਨ ਵਾਸਤੇ ਬਾਲਕ ਜਿਹੜੇ ਦੌੜ ਦੌੜ ਕੇ ਜਾਂਦੇ ਹਨ। ਡੰਡਾ ਹੱਥ ਕਿੰਦੁਕ ਪ੍ਰੇਰਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਫਿਰ ਹੱਥ ਵਿੱਚ ਡੰਡਾ ਲੈ ਕੇ ਖੁੰਡੀ ਲੈ ਕੇ ਅਤੇ ਉਸ ਗੇਂਦ ਨੂੰ ਪ੍ਰੇਰਦੇ ਨੇ। ਜਦੋਂ ਕੋਈ ਬੱਚਾ ਸਾਹਮਣੇ ਫੜਨ ਆ ਜਾਂਦਾ ਅਤੇ ਡੰਡੇ ਨਾਲ ਉਸ ਗੇਂਦ ਨੂੰ ਦੂਜੇ ਪਾਸੇ ਮੋੜ ਦਿੰਦੇ ਨੇ, ਜੇ ਉੱਧਰਲੇ ਪਾਸੇ ਕੋਈ ਬੱਚਾ ਆ ਜਾਂਦਾ ਉੱਧਰੋਂ ਦੂਜੇ ਪਾਸੇ ਮੇੜ ਦਿੰਦੇ, ਮੋੜ ਦਿੰਦੇ। ਇਸ ਤਰ੍ਹਾਂ ਮਹਾਰਾਜ ਜੀ ਉਹ ਖਿੱਦੋ ਖੁੰਡੀ ਦੇ ਖੇਡ ਨੂੰ ਖੇਡਦੇ ਹਨ। ਉਹ ਬ੍ਰਿਸ਼ਨ ਪਰ ਚੜ ਚੜ ਕੂਦਾ, ਅਤੇ ਕਦੇ ਬਾਲਕਾਂ ਦਾ ਕੀ ਹਾਲ ਹੈ, ਜਦੋਂ ਖਿੱਦੋ ਖੁੰਡੀ ਖੇਡਦੇ ਹਟ ਜਾਂਦੇ ਫਿਰ ਰੁੱਖਾਂ ਦੇ ਉੱਪਰ ਚੜ੍ਹਨ ਲੱਗ ਪੈਂਦੇ, ਟਪੂਸੀਆਂ ਮਾਰਦੇ ਰੁੱਖਾਂ 'ਤੇ ਚੜ੍ਹ ਕੇ, ਛਾਲਾਂ ਮਾਰ ਕੇ ਰੁੱਖਾਂ ਦੀਆਂ ਟਾਹਣੀਆਂ 'ਤੇ ਚੜ੍ਹ ਜਾਂਦੇ, ਟਾਹਣੀਆਂ ਦੇ ਉੱਪਰ ਚੜ੍ਹ ਕੇ ਫਿਰ ਥੱਲੇ ਛਾਲਾਂ ਮਾਰ ਦਿੰਦੇ। ਇਸ ਤਰ੍ਹਾਂ ਇਹ ਜਿਹੜੇ ਬਾਲਕ ਨੇ ਲਖਨੌਰ ਦੇ ਵਿੱਚ ਕਾਫੀ ਰੁੱਖ ਬੂਟੇ ਨੇ, ਜੰਗਲੀ ਇਲਾਕਾ ਹੈ ਅਤੇ ਬਹੁਤ ਜ਼ਿਆਦਾ ਰੁੱਖ ਨੇ ਸੰਘਣੇ, ਉਹਨਾਂ ਰੁੱਖਾਂ ਦੀਆਂ ਟਾਹਣੀਆਂ ਦੇ ਉੱਪਰ ਕਦੇ ਬਾਲਕ ਬੱਚੇ ਚੜ੍ਹਦੇ ਨੇ, ਕਦੇ ਥੱਲੇ ਨੂੰ ਛਾਲਾਂ ਮਾਰ ਮਾਰ ਕੇ ਕੁੱਦਦੇ ਹਨ। ਹਾਰ ਬਾਲ ਤਾਂ ਇਹ ਦ੍ਰਿਗ ਮੁੰਦਾ, ਇਹ ਕਹਿਣ ਲੱਗੇ ਵੀ ਜਿਹੜਾ ਬਾਲਕ ਹਾਰ ਜਾਂਦਾ ਹੈ ਨਾ ਉਹਦੀਆਂ ਫਿਰ ਅੱਖਾਂ ਬੰਦ ਕਰ ਲੈਂਦੇ, ਜਿਵੇਂ ਆਪਾਂ ਕਹਿੰਦੇ ਹਾਂ ਵਾਰੀ ਆ ਗਈ। ਇੱਕ ਬੱਚੇ ਨੂੰ ਕਿਹਾ ਜਾਂਦਾ ਵੀ ਜਿਹੜਾ ਮਗਰ ਰਹਿ ਜਾਵੇਗਾ ਉਹਨੂੰ ਵਾਰੀ ਦੇਣੀ ਪਵੇਗੀ। ਜਦੋਂ ਬੱਚੇ ਦੌੜਦੇ ਨੇ ਜਿਹੜਾ ਪਿੱਛੇ ਰਹਿ ਜਾਂਦਾ ਵਿਚਾਰਾ ਕਮਜ਼ੋਰ ਹੁੰਦਾ ਉਹਦੇ ਸਿਰ 'ਤੇ ਫਿਰ ਵਾਰੀ ਆ ਜਾਂਦੀ ਹੈ, ਫਿਰ ਇੱਕ ਬਾਲਕ ਉਹਦੀਆਂ ਅੱਖਾਂ ਬੰਦ ਕਰ ਲੈਂਦਾ, ਦੂਜੇ ਬਾਲਕ ਛੁੱਪ ਜਾਂਦੇ, ਜਦੋਂ ਛੁੱਪ ਜਾਂਦੇ ਫਿਰ ਉਸ ਨੂੰ ਕਿਹਾ ਜਾਂਦਾ ਵੀ ਜਾ ਕੇ ਹੁਣ ਲੱਭ ਕੇ ਲੈ ਕੇ ਆ। ਇਸ ਤਰ੍ਹਾਂ ਗੋਬਿੰਦ ਰਾਏ ਸਾਹਿਬ ਜੀ ਇਹ ਲਖਨੌਰ ਦੇ ਵਿੱਚ ਸਾਰੀਆਂ ਖੇਡਾਂ ਖੇਡਦੇ ਹਨ। ਕਦੋਂ ਭਾਗ ਚਲੇ ਕਹੇ ਅੱਗੇ, ਅਤੇ ਫਿਰ ਜਦੋਂ ਉਹ ਬੱਚਾ ਲੱਭਣ ਵਾਸਤੇ ਜਾਂਦਾ ਅਤੇ ਲੱਭਣਾ ਕਿਵੇਂ, ਲੱਭ ਕੇ ਅਗਲੇ ਨੂੰ ਹੱਥ ਲਾਉਣਾ ਹੁੰਦਾ, ਫੜਨਾ ਹੁੰਦਾ, ਜਦੋਂ ਵੇਖਦਾ ਕੋਈ ਵੀ ਇਹ ਮੇਰੇ ਵੱਲੇ ਆ ਰਿਹਾ ਹੁਣ ਮੈਨੂੰ ਇਹ ਵੇਖ ਲਵੇਗਾ ਜਾਂ ਫੜ ਲਵੇਗਾ। ਉਹ ਬਾਲਕ ਜਿੱਥੇ ਲੁਕੇ ਹੁੰਦੇ ਉੱਥੋਂ ਬਾਹਰ ਨਿਕਲ ਕੇ ਭੱਜ ਪੈਂਦੇ ਵੀ ਆ ਜਾ ਫੜ ਲਾ ਜੇ ਫੜ ਸਕਦਾ ਹੈ। ਇਸ ਤਰ੍ਹਾਂ ਕੋਈ ਅੱਗੇ ਅੱਗੇ ਭੱਜਾ ਜਾਂਦਾ, ਕੋਈ ਪਿੱਛੇ ਪਿੱਛੇ ਦੌੜਿਆ ਜਾਂਦਾ। ਇਸ ਤਰ੍ਹਾਂ ਲਖਨੌਰ ਦੀਆਂ ਗਲੀਆਂ ਵਿੱਚ ਮਹਾਰਾਜ ਕੌਤਕ ਕਰਦੇ ਹਨ। ਇਸੇ ਤਰ੍ਹਾਂ ਗੋਲ ਗੋਲ ਘੁੰਮਦੇ ਨੇ ਗਲੀਆਂ ਦੇ ਵਿੱਚ, ਜਾਂ ਕੋਈ ਲੱਕੜ ਦਾ ਟਾਹਣ ਪਿਆ ਹੋਇਆ ਜਾਂ ਕੋਈ ਖੂਹ ਵਗੈਰਾ ਬਣਿਆ ਹੈ ਉਹਦੇ ਚਾਰ ਚੁਫੇਰੇ ਚੱਕਰ ਕੱਟੀ ਆਉਂਦੇ, ਭੱਜੇ ਆਉਂਦੇ ਬੜੇ ਜ਼ੋਰ ਦੇ ਨਾਲ। ਜਿਹੜਾ ਮਗਰ ਫੜਨ ਵਾਲਾ ਉਸਨੂੰ ਆਖਿਆ ਜਾਂਦਾ ਲੈ ਫੜ ਲਾ ਜੇ ਫੜਿਆ ਜਾਂਦਾ। ਇਸ ਤਰ੍ਹਾਂ ਗੋਬਿੰਦ ਰਾਏ ਸਾਹਿਬ ਜੀ ਭੱਜਦੇ ਨੇ ਗਲੀਆਂ ਦੇ ਵਿੱਚ, ਕਦੇ ਰੁੱਖਾਂ ਦੇ ਦੁਆਲੇ ਦੁਆਲੇ ਗੋਲ ਚੱਕਰ ਦਿੰਦੇ, ਕਦੇ ਖੂਹਾਂ ਦੇ ਦੁਆਲੇ ਦੁਆਲੇ, ਕਦੇ ਕੰਧਾਂ ਦੇ ਚਾਰ ਚੁਫੇਰੇ, ਕੰਧਾਂ ਦੇ ਉੱਪਰ ਚੜ੍ਹ ਜਾਂਦੇ, ਥੱਲੇ ਦੌੜ ਜਾਂਦੇ, ਐਸੇ ਕੌਤਕ ਕਰਦੇ ਹਨ। ਕਬ ਦੋਏ ਦਿਸ਼ ਬਾਲਕ ਸਭ ਹੋਏ, ਅਤੇ ਕਹਿਣ ਲੱਗੇ ਉਸ ਵੇਲੇ ਫਿਰ ਬਾਲਕ ਹੀ ਸੋਚਦੇ ਨੇ ਵੀ ਇਕੱਲੇ 'ਤੇ ਅਸੀਂ ਫੜ ਨਹੀਂ ਸਕਦੇ ਸਤਿਗੁਰਾਂ ਨੂੰ, ਫੜਨ ਵਾਸਤੇ ਬਾਲਕ ਫਿਰ ਚਾਰ ਚੁਫੇਰਿਓਂ ਘੇਰਾ ਹੀ ਪਾ ਲੈਂਦੇ। ਉਹ ਸਾਰੇ ਜਾਣੇ ਕਹਿੰਦੇ ਆਪਾਂ ਇਕੱਠੇ ਹਾਂ, ਗੋਬਿੰਦ ਰਾਏ ਨੂੰ ਇਕੱਲਾ ਕਰ ਦਿਓ, ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਫੜੀਏ, ਇਹ ਇਕੱਲੇ ਇਕੱਲੇ ਤੋਂ ਨਹੀਂ ਫੜਿਆ ਜਾਂਦਾ। ਇਸ ਤਰ੍ਹਾਂ ਫਿਰ ਉਹ ਬਾਲਕ ਚਾਰ ਚੁਫੇਰਿਓਂ ਘੇਰਾ ਪਾ ਕੇ ਮਹਾਰਾਜ ਨੂੰ ਘੇਰ ਲੈਂਦੇ ਹਨ, ਪਰੇ ਬੰਦ ਕਰ ਦੋਏ। ਅਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਨਾਲ ਇਹ ਜਿਹੜੇ ਬੱਚੇ ਨੇ ਖੇਡਦੇ ਹਨ ਅਤੇ ਕਦੇ ਭੱਜ ਜਾਂਦੇ, ਕਦੇ ਪਕੜੇ ਜਾਂਦੇ, ਐਸੇ ਕੌਤਕਾਂ ਨੂੰ ਕਰਦੇ ਹਨ। ਜੀਤ ਹਾਰ ਕੀ ਖੇਲ ਮਚਾਵੇ, ਪਰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਹ ਜਿਹੜੀਆਂ ਖੇਡਾਂ ਖੇਡਦੇ ਪੈਣ ਨਾ, ਇਹ ਕੇਵਲ ਜਿੱਤ ਹਾਰਦੀਆਂ ਨੇ ਵੀ ਜਿੱਤਦਾ ਕੌਣ ਹੈ, ਹਾਰਦਾ ਕੌਣ ਹੈ, ਕਿਹਦੇ ਸਿਰ ਵਾਰੀ ਆਉਂਦੀ ਹੈ, ਜ਼ਿਆਦਾ ਕੌਣ ਵਾਰੀ ਦਿੰਦਾ, ਕਿਹੜਾ ਵਾਰੀ ਤੋਂ ਬਚਦਾ ਹੈ, ਕਿਹੜਾ ਜੇਤੂ ਹੈ, ਕਿਹੜਾ ਹਾਰਦਾ ਹੈ, ਐਸੇ ਕੌਤਕ ਕਰਦੇ ਹਨ। ਆਵੇ ਏਕ ਓਜ ਕੋ ਲਾਵੇ, ਅਤੇ ਕਹਿਣ ਲੱਗੇ ਹਰੇਕ ਬੱਚਾ ਆਪਣਾ ਆਪ ਜ਼ੋਰ ਲਾਉਂਦਾ ਵੀ ਮੈਂ ਵਾਰੀ ਤੋਂ ਬਚਣਾ, ਦੂਜਾ ਆਖਦਾ ਮੈਂ ਵਾਰੀ ਤੋਂ ਬਚਣਾ ਹੈ। ਇਸ ਤਰ੍ਹਾਂ ਬੜੇ ਜ਼ੋਰ ਦੇ ਨਾਲ ਗਲੀਆਂ ਦੇ ਵਿੱਚ ਇੱਧਰ ਉੱਧਰ ਦੌੜਦੇ ਹਨ। ਇੱਕ ਛੁੱਟ ਕਰ ਜਾ, ਇੱਕ ਬੱਚਾ ਦੂਜੇ ਦੀ ਬਾਂਹ ਫੜ ਕੇ ਖਿੱਚਦਾ ਆਪਣੇ ਵੱਲ ਵੀ ਮੈਂ ਤੈਨੂੰ ਖਿੱਚ ਕੇ
ਫੜਨਾ ਹੈ, ਦੂਜਾ ਆਪਣੀ ਬਾਂਹ ਛੜਾ ਕੇ ਭੱਜ ਜਾਂਦਾ। ਇਸ ਤਰ੍ਹਾਂ ਕੋਈ ਬਾਂਹ ਫੜ ਕੇ ਖਿੱਚਦਾ ਪਿਆ, ਕੋਈ ਬਾਂਹ ਛੜਾ ਕੇ ਭੱਜਦਾ ਪਿਆ। ਬੱਚਿਆਂ ਦੀਆਂ ਖੇਡਾਂ ਹਨ, ਇਸ ਤਰ੍ਹਾਂ ਖੇਡਦੇ ਪਏ ਹਨ। ਇੱਕ ਲੜਕਾ ਨਿਜ ਸੜਨ ਸਿਧਾਵਾ, ਕਈਆਂ ਬੱਚਿਆਂ ਦਾ ਸੁਭਾਅ ਗੁੱਸੇ ਵਾਲਾ ਹੁੰਦਾ, ਉਹ ਘਰ ਦੇ ਵਿੱਚ ਬੜੇ ਲਾਡਲੇ ਹੁੰਦੇ, ਨਿੱਕੀ ਮੋਟੀ ਗੱਲ 'ਤੇ ਗੁੱਸਾ ਕਰ ਲੈਂਦੇ, ਰੋਣ ਲੱਗ ਪੈਂਦੇ, ਜਿੱਦ ਪਗਾਉਣ ਲੱਗ ਪੈਂਦੇ। ਹੁਣ ਮਹਾਰਾਜ ਦੇ ਨਾਲ ਜਿਹੜੇ ਬੱਚੇ ਖੇਡਦੇ, ਉਹਨਾਂ ਵਿੱਚ ਵੀ ਕੀ ਇਹੋ ਜਿਹੇ ਜਿੱਦੀ ਬੱਚੇ ਨੇ, ਉਹ ਜਦੋਂ ਖੇਡਦਿਆਂ ਖੇਡਦਿਆਂ ਹਾਰ ਜਾਂਦੇ, ਹਾਰ ਕੇ ਰੋਣ ਲੱਗ ਪੈਂਦੇ, ਮੈਂ ਤਾਂ ਨਹੀਂ ਵਾਰੀ ਦਿੰਦਾ ਫਿਰ, ਅਤੇ ਫਿਰ ਕਈ ਗੁੱਸੇ ਨਾਲ ਆਪਣੇ ਘਰ ਹੀ ਚਲੇ ਜਾਂਦੇ, ਮੈਂ ਤਾਂ ਖੇਡਣਾ ਹੀ ਨਹੀਂ ਹੈ। ਹੁਣ ਉਹਦੀ ਮਰਜ਼ੀ ਇਹ ਹੁੰਦੀ ਹੈ ਵੀ ਇਹ ਸਾਰੇ ਮੈਨੂੰ ਮਨਾਉਣ ਆ ਕੇ, ਮੇਰੀਆਂ ਮਿੰਨਤਾਂ ਕਰਨ ਵੀ ਚੱਲ ਤੂੰ ਵਾਰੀ ਨਾ ਦੇ, ਪਰ ਤੂੰ ਖੇਡ ਸਾਡੇ ਨਾਲ ਜ਼ਰੂਰ। ਹੁਣ ਕਈ ਬੱਚੇ ਇਸ ਤਰ੍ਹਾਂ ਦੇ, ਉਹ ਕਹਿੰਦੇ ਅਸੀਂ ਖੇਡਣਾ ਹੀ ਨਹੀਂ, ਆਪਣੇ ਘਰ ਨੂੰ ਚੱਲ ਪੈਂਦੇ ਰੁੱਸ ਕੇ, ਅਤੇ ਮਹਾਰਾਜ ਸਾਹਿਬ ਜੀ ਨੂੰ ਬਾਕੀ ਆਖਦੇ ਮਹਾਰਾਜ ਇਹ ਚੱਲਿਆ ਰੁੱਸ ਕੇ, ਹੁਣ ਕੀ ਕਰੀਏ। ਪਾਤਸ਼ਾਹ ਕਹਿੰਦੇ ਜਾਂਦਾ ਤਾਂ ਜਾਣ ਦਿਓ, ਆਪਣੇ ਕੋਲ ਹੋਰ ਸਾਥੀ ਬੜੇ ਨੇ, ਕਿਹਨੂੰ ਕਿਹਨੂੰ ਮਨਾਉਂਦੇ ਫਿਰਾਂਗੇ। ਇਸ ਤਰ੍ਹਾਂ ਕਈ ਰੁੱਸ ਕੇ, ਕਈ ਰੋ ਕੇ ਆਪੋ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ। ਇੱਕ ਕੋ ਇੱਕ ਖਿਜਾਏ ਕਰ ਰੋਕਾ, ਅਤੇ ਜਦੋਂ ਕੋਈ ਰੋਂਦਾ ਹੈ ਨਾ, ਦੂਜਾ ਉਹਨੂੰ ਖਿਜਾਉਂਦਾ, ਦੰਦ ਕੱਢ ਕੱਢ ਕੇ ਉਹਦੇ ਚਾਰ ਚਫੇਰੇ ਘੁੰਮਦੇ ਨੇ, ਕਦੇ ਉਹਨੂੰ ਬਾਂਦਰ ਬਣ ਕੇ, ਕਦੇ ਉਹਨੂੰ ਕਿਹੋ ਜਿਹਾ ਵਿੰਗਾ ਟਿੰਗਾ ਮੂੰਹ ਕਰਕੇ ਉਹਨੂੰ ਸਗੋਂ ਹੋਰ ਖਿਜਾਉਂਦੇ ਨੇ ਵੀ ਜੇ ਰੋਂਦਾ ਤਾਂ ਹੋਰ ਰੋ, ਜੇ ਤੂੰ ਹੋਰ ਗੁੱਸਾ ਕਰਨਾ ਤਾਂ ਹੋਰ ਗੁੱਸਾ ਕਰ, ਸਾਨੂੰ ਕੋਈ ਫਰਕ ਨਹੀਂ ਹੈ। ਇਸ ਤਰ੍ਹਾਂ ਸਗੋਂ ਅਗਲੇ ਨੂੰ ਖਿਜਾਇਆ ਜਾਂਦਾ, ਹੋਰ ਸ਼ਰਾਰਤਾਂ ਕੀਤੀਆਂ ਜਾਂਦੀਆਂ, ਰੋਂਦੇ ਨੂੰ ਵੇਖ ਕੇ ਸਗੋਂ ਹੱਸਦੇ ਨੇ, ਜਾਂ ਉਹਨੂੰ ਰੋਂਦੂ ਰੋਂਦੂ ਕਹਿ ਕੇ ਹੋਰ ਚੜਾਉਂਦੇ ਨੇ। ਇਸ ਤਰ੍ਹਾਂ ਦੇ ਕੌਤਕ ਹੁੰਦੇ ਹਨ। ਖੇਲਤ ਜੇ ਲੋਕ ਬੇ ਲੋਕਾਂ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬਾਲਕਾਂ ਦੇ ਨਾਲ ਖੇਡਦੇ ਪਏ। ਹੁਣ ਗਲੀਆਂ ਵਿੱਚ ਭੱਜਦਿਆਂ, ਮੈਦਾਨ ਦੇ ਵਿੱਚ ਖੇਡਦਿਆਂ, ਕਈ ਲੋਕ ਵੇਖਦੇ ਵੀ ਪਏ ਨੇ ਵੀ ਗੋਬਿੰਦ ਰਾਏ ਜੀ ਬੱਚਿਆਂ ਨਾਲ ਖੇਡਦੇ ਪਏ। ਜਿਹੜੇ ਲੋਕ ਵੇਖਦੇ ਨੇ ਨਾ ਲਖਨੌਰ ਦੇ, ਉਹ ਫਿਰ ਇਸ ਤਰ੍ਹਾਂ ਆਖਦੇ ਹਨ, ਕਿਸ ਛਤਰੀ ਕੋ ਬਾਲਕਾ ਹੈ। ਉਹ ਪੁੱਛਦੇ ਨੇ, ਕਹਿਣ ਲੱਗੇ ਵੀ ਇਹ ਕਿਸ ਛਤਰੀ ਦਾ ਪੁੱਤਰ ਹੈ, ਇਹਦੇ ਕੌਤਕਾਂ ਤੋਂ, ਇਹਦੇ ਭੱਜਣ ਤੋਂ, ਇਹਦੀ ਫੁਰਤੀ ਤੋਂ, ਇਹਦੀ ਹੁਸ਼ਿਆਰੀ ਤੋਂ, ਜਾਂ ਇਹਦੀਆਂ ਖੇਡਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਵੀ ਇਹ ਕਿਸੇ ਵੱਡੇ ਖਾਨਦਾਨ ਦਾ ਬੱਚਾ ਹੈ, ਇਹ ਬੜਾ ਹੀ ਚੁਸਤ ਹੈ, ਬੜਾ ਹੀ ਫੁਰਤੀਲਾ ਹੈ, ਇਹ ਕਿਹੜੇ ਖੱਤਰੀ ਖਾਨਦਾਨ ਦਾ ਬੱਚਾ ਹੈ। ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਪੁੱਛਦੇ ਹਨ। ਦਿਨਾਂ ਤੇ ਇਸ ਥਲ ਰਹੇ, ਕੁਝ ਆਖਦੇ ਨੇ ਪਹਿਲਾਂ ਤੇ ਕਦੇ ਵੇਖਿਆ ਨਹੀਂ ਇਸ ਬੱਚੇ ਨੂੰ, ਇਹ ਥੋੜੇ ਦਿਨਾਂ ਤੋਂ ਹੁਣ ਹੀ ਵੇਖਣ ਲੱਗੇ ਆ। ਜਿਹੜੇ ਇਲਾਕੇ ਦੇ ਲੋਕ ਨੇ ਉਹ ਜਾਣਦੇ ਨੇ ਵੀ ਪਹਿਲਾਂ ਤੇ ਕਦੇ ਬਾਲਕ ਇੱਥੇ ਦਿਸਿਆ ਨਹੀਂ, ਬੱਚਿਆਂ ਵਿੱਚ ਕਦੇ ਖੇਡਿਆ ਨਹੀਂ, ਇਹਦੇ ਕੱਪੜੇ ਬੜੇ ਸੋਹਣੇ ਗਲ ਵਿੱਚ ਪਾਏ ਹੁੰਦੇ ਨੇ, ਇਹਦੇ ਮੁੱਖ ਦਾ ਬੜਾ ਹੀ ਤੇਜ਼ ਤਾਪ ਹੈ, ਇਹਦਾ ਮੁੱਖ ਬੜਾ ਚੰਨ ਵਾਂਗੂ ਚਮਕਦਾ ਹੈ, ਬੜਾ ਪ੍ਰਭਾਵੀ ਚਿਹਰੇ ਵਾਲਾ ਇਹ ਬੱਚਾ ਹੈ, ਪਹਿਲਾਂ ਤੇ ਕਦੇ ਵੇਖਿਆ ਨਹੀਂ। ਇਹ ਕੁਝ ਕੁ ਦਿਨ ਹੀ ਹੋਏ ਨੇ, ਹੁਣ ਹੀ ਇੱਥੇ ਗਰਾਊਂਡ ਵਿੱਚ ਆ ਕੇ ਖੇਡਣ ਲੱਗਿਆ। ਇਸ ਤਰ੍ਹਾਂ ਇੱਕ ਦੂਜੇ ਨੂੰ ਪੁੱਛਦੇ ਹਨ। ਅਰਚਾ ਬਾਲਕ ਬ੍ਰਿੰਦ ਮਝਾਰਾ, ਇਹ ਬਹੁਤ ਸਾਰੇ ਬਾਲਕਾਂ ਵਿੱਚ ਖੁਸ਼ ਰਹਿੰਦਾ, ਇਸ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਬੱਚਿਆਂ ਨੂੰ ਆਪਣੇ ਨਾਲ ਮਿਲਾ ਕੇ ਖੜਾਉਂਦਾ ਹੈ। ਮਾਤ ਹਕਾਰ ਹੈ ਬਾਰੰਬਾਰ, ਇਸ ਦੀ ਮਾਂ ਵਾਰ ਵਾਰ ਆਵਾਜ਼ਾਂ ਮਾਰਦੀ ਹੈ। ਜਦੋਂ ਗੋਬਿੰਦ ਰਾਏ ਜੀ ਬਾਹਰ ਆ ਜਾਂਦੇ ਨਾ ਖੇਡਣ ਵਾਸਤੇ, ਅਤੇ ਮਾਤਾ ਗੁਜਰੀ ਜੀ ਵਾਰ ਵਾਰ ਚੁਬਾਰੇ ਦੇ ਉੱਪਰ ਚੜ੍ਹ ਕੇ ਆਵਾਜ਼ ਦਿੰਦੇ, ਪੁੱਤਰ ਗੋਬਿੰਦ ਰਾਏ ਜੀ ਬਸ ਕਰੋ, ਬੜਾ ਲੰਮਾ ਸਮਾਂ ਖੇਡ ਲਿਆ, ਹੁਣ ਘਰੇ ਆ ਜਾਓ। ਜਦੋਂ ਸਤਿਗੁਰੂ ਫਿਰ ਜਵਾਬ ਦਿੰਦੇ, ਕੋਈ ਨਹੀਂ ਮਾਤਾ ਆ ਜਾਂਦੇ ਹਾਂ, 5-10 ਮਿੰਟ ਨਿਕਲ ਜਾਂਦੇ, ਫਿਰ ਮਾਤਾ ਜੀ ਆਵਾਜ਼ ਮਾਰਦੇ, ਮਾਤਾ ਜੀ ਵਾਰ ਵਾਰ ਆਵਾਜ਼ਾਂ ਦਿੰਦੇ ਘਰ ਨੂੰ ਆਉਣ ਵਾਸਤੇ, ਸਤਿਗੁਰੂ ਵਾਰ ਵਾਰ ਕਹਿੰਦੇ ਨਹੀਂ ਹਾਲੇ ਅਸੀਂ ਹੋਰ ਖੇਡਣਾ ਹੈ। ਇਸ ਤਰ੍ਹਾਂ ਮਾਤਾ ਗੁਜਰੀ ਜੀ ਬੁਲਾਉਂਦੇ ਹਨ, ਨਿਕਟ ਬਿਠਾਏ ਅਚਾਏ ਆਹਾਰੇ। ਫਿਰ ਜਦੋਂ ਖੇਡਾਂ ਖੇਡਦਿਆਂ ਖੇਡਦਿਆਂ ਮਾਤਾ ਜੀ ਥੋੜ੍ਹੀ ਤਾਰਨਾ ਕਰਦੇ, ਥੋੜ੍ਹੀ ਸਖਤੀ ਕਰਦੇ, ਫਿਰ ਗੋਬਿੰਦ ਰਾਏ ਜੀ ਘਰੇ ਚਲੇ ਜਾਂਦੇ। ਮਾਤਾ ਜੀ ਆਪਣੇ ਕੋਲ ਬਿਠਾ ਕੇ ਛੰਨਾ ਦੁੱਧਾ ਭਰ ਕੇ ਛਕਣ ਵਾਸਤੇ ਮਾਤਾ ਜੀ ਦਿੰਦੇ, ਸੋਹਣੀ ਚੂਰੀ ਕੁੱਟ ਕੇ ਛਕਣ ਵਾਸਤੇ ਦਿੰਦੇ, ਸੋਹਣੇ ਫਲ ਛਕਣ ਵਾਸਤੇ ਆਪਣੇ ਕੋਲ ਬਿਠਾ ਕੇ ਖਲਾਉਂਦੇ ਹਨ। ਘਰ ਮੈਂ ਫਿਰੋ ਨਾ ਫਿਰਦਨ ਸਾਰੇ, ਮਾਤਾ ਜੀ ਵਾਰ ਵਾਰ ਕਹਿੰਦੇ ਪੁੱਤਰ ਸਾਰਾ ਦਿਨ ਹੀ ਖੇਡਦੇ ਰਹਿੰਦੇ। ਚਲੋ ਖੇਡਣ ਦਾ ਇੱਕ ਸਮਾਂ ਵੀ ਸਵੇਰੇ ਖੇਡ ਲਿਆ ਕੋਈ ਘੰਟਾ, ਕੋਈ ਇੱਕ ਪਹਿਰ, ਰਾਤ ਨੂੰ ਖੇਡ ਲਿਆ, ਸ਼ਾਮ ਨੂੰ ਖੇਡ ਲਿਆ, ਤੁਸੀਂ ਜੂ ਸਵੇਰ ਤੋਂ ਜਾਂਦੇ ਹੋ ਸ਼ਾਮ ਤੱਕ ਮੁੜਦੇ ਹੀ ਨਹੀਂ, ਇੰਨਾ ਸਮਾਂ ਨਹੀਂ ਖੇਡੀ ਦਾ ਹੁੰਦਾ, ਥੱਕ ਜਾਓਗੇ, ਇੰਨਾ ਸਮਾਂ ਨਾ ਖੇਡਿਆ ਕਰੋ, ਕੁਝ ਸਮਾਂ ਘਰ ਵਿੱਚ ਵੀ ਬੈਠਿਆ ਕਰੋ। ਇਸ ਤਰ੍ਹਾਂ ਮਾਤਾ ਗੁਜਰੀ ਜੀ ਆਖਦੇ ਹਨ। ਮਰਜੇ ਰਹੇ ਨਾ ਜਾਏ ਵਹਿਰ ਕੋ, ਉਸ ਵੇਲੇ ਜਦੋਂ ਮਾਤਾ ਜੀ ਜ਼ਿਆਦਾ ਹੀ ਡਾਂਟ ਦਿੰਦੇ, ਫਿਰ ਮਹਾਰਾਜ ਚੁੱਪ ਕਰਕੇ ਘਰੇ ਬੈਠ ਜਾਂਦੇ ਵੀ ਚੱਲ ਨਹੀਂ ਜਾਂਦੇ ਖੇਡਣ ਵਾਸਤੇ। ਹੁਣ ਸਤਿਗੁਰੂ ਬਾਹਰ ਨਹੀਂ ਨਿਕਲਦੇ, ਉਹ ਜਿਹੜੇ ਬਾਕੀ ਸਾਥੀ ਨੇ ਉਹ ਲੱਭਦਿਆਂ ਲੱਭਦਿਆਂ ਘਰੇ ਆ ਜਾਂਦੇ, ਦਰਵਾਜ਼ੇ ਦੇ ਬਾਹਰ ਖਲੋ ਕੇ ਆਵਾਜ਼ਾਂ ਦੇਣ ਲੱਗ ਪੈਂਦੇ, ਗੋਬਿੰਦ ਰਾਏ ਜੀ ਆਓ ਆਪਾਂ ਅੱਜ ਖੇਡਣਾ ਨਹੀਂ ਹੈ, ਇਸ ਤਰ੍ਹਾਂ ਵਾਰ ਵਾਰ ਆਵਾਜ਼ਾਂ ਦੇ ਕੇ ਬੁਲਾਉਂਦੇ ਹਨ। ਬਾਲ ਬੁਲਾਵਾ ਖੇਲ ਠਹਿਰ ਕੋ, ਅਤੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਉਹ ਜਿਹੜੇ ਸਾਥੀ ਬੱਚੇ ਹਨ ਉਹ ਬਾਹਰ ਖਲੋਤੇ ਨੇ, ਦਰਵਾਜ਼ੇ ਦੇ ਬਾਹਰ ਆ ਕੇ, ਘਰ ਦੇ ਬਾਹਰ ਆ ਕੇ ਖੜ੍ਹੇ ਹੋਏ, ਵਾਰ ਵਾਰ ਆਵਾਜ਼ਾਂ ਦੇ ਕੇ ਬੁਲਾਉਂਦੇ, ਆਓ ਅਸੀਂ ਤੁਹਾਨੂੰ ਉਡੀਕਦੇ ਪਏ ਹਾਂ, ਆਪਾਂ ਖੇਡ ਸ਼ੁਰੂ ਕਰੀਏ। ਸਤਿਗੁਰੂ ਮਾਤਾ ਜੀ ਦੇ ਵਰਜਿਆਂ ਹੋਇਆਂ ਘਰ ਵਿੱਚ ਰੁਕ ਕੇ ਬੈਠੇ ਨੇ,
ਪਰ ਜਦੋਂ ਵਾਰ ਵਾਰ ਬੱਚੇ ਬੁਲਾਉਂਦੇ ਉਸ ਵੇਲੇ ਪਾਤਸ਼ਾਹ ਜੀ ਪ੍ਰੇਮ ਧਰੈ ਸਗਰੇ ਚਲ ਜਾਵੇ। ਸਤਿਗੁਰੂ ਕਹਿੰਦੇ ਅਸੀਂ ਨਹੀਂ ਖੇਡਣਾ ਭਾਈ, ਸਾਡੀ ਮਾਤਾ ਨੇ ਰੋਕਿਆ ਅਸੀਂ ਬਾਹਰ ਨਹੀਂ ਆਵਾਂਗੇ। ਜਦੋਂ ਇਹ ਬਚਨ ਕਰਦੇ ਮਹਾਰਾਜ ਜੀ, ਉਹ ਬੱਚੇ ਫਿਰ ਸਾਰੇ ਘਰ ਹੀ ਆ ਜਾਂਦੇ। ਪਹਿਲਾਂ ਤਾਂ ਸਤਿਗੁਰਾਂ ਨੂੰ ਮਨਾਉਂਦੇ ਵੀ ਆਓ ਬਾਹਰ ਖੇਡੀਏ, ਜਦੋਂ ਸਤਿਗੁਰੂ ਆਖਦੇ ਨਾ ਮਾਤਾ ਨੇ ਰੋਕਿਆ, ਫਿਰ ਉਹ ਸਾਰੇ ਬੱਚੇ ਜਾ ਕੇ ਮਾਤਾ ਗੁਜਰੀ ਕੋਲ ਬੈਠ ਜਾਂਦੇ, ਉਹਨਾਂ ਨੂੰ ਬੇਨਤੀ ਕਰਦੇ ਮਾਤਾ ਜੀ ਜਾਣ ਦਿਓ ਸਾਡੇ ਨਾਲ, ਅਸੀਂ ਇਹਨਾਂ ਦੇ ਨਾਲ ਮਿਲ ਕੇ ਖੇਡਣਾ ਹੈ, ਇਹਨਾਂ ਨਾਲ ਖੇਡਾਂ ਖੇਡਣੀਆਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ। ਉਹ ਛੋਟੇ ਛੋਟੇ ਬੱਚੇ ਮਾਤਾ ਗੁਜਰੀ ਜੀਆਂ ਦੇ ਪੈਰਾਂ ਨੂੰ ਚਰਨਾਂ ਨੂੰ ਹੱਥ ਲਾ ਲਾ ਕੇ, ਗੋਡਿਆਂ ਨੂੰ ਹੱਥ ਲਾ ਲਾ ਕੇ ਵਾਰ ਵਾਰ ਮਿੰਨਤ ਕਰਦੇ, ਤਰਲਾ ਕਰਦੇ ਕਿ ਇਹਨਾਂ ਨੂੰ ਜਾਣ ਦਿਓ ਬਾਹਰ ਸਾਡੇ ਨਾਲ ਖੇਡਣ ਦਿਓ, ਇਸ ਤਰ੍ਹਾਂ ਆਖਦੇ ਹਨ। ਕ੍ਰੀੜਾ ਅਨਕ ਪ੍ਰਕਾਰ ਮਚਾਵੇ। ਉਸ ਵੇਲੇ ਮਾਤਾ ਸਾਹਿਬ ਜੀ ਫਿਰ ਉਹਨਾਂ ਬੱਚਿਆਂ ਦੀ ਮਿੰਨਤ ਤਰਲਾ ਵੇਖ ਕੇ, ਉਹਨਾਂ ਦਾ ਪ੍ਰੇਮ ਵੇਖ ਕੇ ਮਾਤਾ ਜੀ ਕਹਿ ਦਿੰਦੇ ਚਲੋ ਫਿਰ ਲੈ ਜਾਓ, ਪਰ ਛੇਤੀ ਆ ਜਾਇਓ ਵਾਪਸ। ਇਸ ਤਰ੍ਹਾਂ ਫਿਰ ਗੋਬਿੰਦ ਰਾਏ ਜੀ ਸਤਿਗੁਰਾਂ ਦੀ ਆਗਿਆ ਲੈ ਕੇ, ਮਾਤਾ ਜੀ ਦੀ ਆਗਿਆ ਲੈ ਕੇ ਫਿਰ ਬਾਹਰ ਚਲੇ ਜਾਂਦੇ, ਬੱਚਿਆਂ ਦੇ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਚਾਹੇ ਭੀਖ ਜੋ ਪਟਣੇ ਗਏ। ਸੋ ਕਹਿਣ ਲੱਗੇ ਇਹ ਤੇ ਮਹਾਰਾਜ ਦੇ ਕੌਤਕ ਨੇ ਭਾਈ ਜਿਹੜੇ ਲਖਨੌਰ ਵਿੱਚ ਹੁੰਦੇ ਪਏ, ਪਰ ਇੱਥੇ ਇੱਕ ਨਵੀਂ ਸਾਖੀ ਹੈ। ਇੱਕ ਭੀਖਣ ਸ਼ਾਹ ਨਾਮ ਦਾ ਇੱਕ ਪੀਰ ਹੈ, ਸੋ ਕੜਾਮ ਦੇ ਰਹਿਣ ਵਾਲਾ। ਇਹ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ ਨਾ, ਇਹਨੂੰ ਉਸੇ ਦਿਨ ਹੀ ਪਤਾ ਲੱਗ ਗਿਆ ਸੀ। ਇੱਕ ਦਿਨ ਧਿਆਨ ਵਿੱਚ ਬੈਠਾ ਹੋਇਆ, ਧਿਆਨ ਵਿੱਚ ਬੈਠੇ ਨੂੰ ਅਨੁਭਵ ਹੋਇਆ ਵੀ ਅੱਜ ਖੁਦਾ ਜਿਹੜਾ ਹੈ ਨਾ ਮਨੁੱਖਾ ਸਰੀਰ ਲੈ ਕੇ ਦੁਨੀਆਂ 'ਤੇ ਆਇਆ ਹੈ। ਇਸ ਨੇ ਆਪਣੇ ਚੇਲਿਆਂ ਨੂੰ ਦੱਸਿਆ, ਕਹਿਣ ਲੱਗਾ ਵੀ ਅੱਜ ਖੁਦਾ ਖੁਦ ਬੱਚੇ ਦੇ ਰੂਪ ਦੇ ਵਿੱਚ ਦੁਨੀਆਂ 'ਤੇ ਆਇਆ, ਮੈਂ ਉਹਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਬੜੇ ਚੇਲੇ ਨਾਲ ਚੱਲਣ ਲੱਗੇ, ਤਿਆਰ ਹੋਣ ਲੱਗੇ। ਕਹਿਣ ਲੱਗਾ ਨਹੀਂ, ਮੈਂ ਬਹੁਤਿਆਂ ਨੂੰ ਨਾਲ ਨਹੀਂ ਲੈ ਕੇ ਜਾਵਾਂਗਾ, ਇੱਕ ਤੇ ਮੈਂ ਜਾਵਾਂਗਾ, ਦੋ ਆਪਣੇ ਚੇਲੇ ਨਾਲ ਲੈ ਕੇ ਜਾਵਾਂਗਾ। ਇਸ ਨੇ ਦੋ ਚੇਲੇ ਲੈ ਅਤੇ ਕੜਾਮ ਤੋਂ ਚੱਲ ਕੇ ਹੌਲੀ ਹੌਲੀ ਪਟਨਾ ਸਾਹਿਬ ਪਹੁੰਚਿਆ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਪਟਨਾ ਸਾਹਿਬ ਇਸ ਨੇ ਮਹਾਰਾਜ ਦੇ ਦਰਸ਼ਨ ਕੀਤੇ। ਇਹ ਸਾਖੀ ਆਪਾਂ ਪਿੱਛੇ ਸਰਵਣ ਕੀਤੀ ਹੈ। ਕਹਿਣ ਲੱਗੇ ਇਹ ਉਹੋ ਹੀ ਭੀਖਣ ਸ਼ਾਹ ਹੈ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਨ ਪਟਨੇ ਵਿੱਚ ਗਿਆ ਸੀ, ਹੁਣ ਇਹ ਕੀ ਕਰਨ ਲੱਗਾ ਹੈ ਪੀਰ, ਉਹ ਆਪਾਂ ਸਰਵਣ ਕਰਾਂਗੇ। ਤੀਨ ਮਾਸ ਕੇ ਦਰਸ਼ਤ ਭਏ। ਇਸ ਨੇ ਤਿੰਨ ਮਹੀਨੇ ਮਹਾਰਾਜ ਸਾਹਿਬ ਜੀਆਂ ਦੇ ਦਰਸ਼ਨ ਕੀਤੇ ਸਨ ਪਟਨਾ ਸਾਹਿਬ ਦੇ ਵਿੱਚ। ਇਹ ਨਹੀਂ ਵੀ ਭੀਖਣ ਸ਼ਾਹ ਹੱਥ ਲਾ ਕੇ ਉੱਥੋਂ ਭੱਜ ਆਇਆ, ਨਹੀਂ, ਤਿੰਨ ਮਹੀਨੇ ਉੱਥੇ ਮਹਾਰਾਜ ਦੇ ਕੋਲ ਰਿਹਾ, ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਨਿਕਟ ਗ੍ਰਾਮ ਤਿਸ ਬਸ ਵੇਖ ਕੇ ਇਹ ਕਹਿਣ ਲੱਗੇ ਵੀ ਉਸ ਵੇਲੇ ਨੇੜੇ ਹੀ ਇਸ ਨੇ ਇੱਕ ਵਸਣ ਵਾਸਤੇ ਜੋ ਪਿੰਡ ਹੈ, ਜਹਾਂ ਪ੍ਰਥੋਦਕ ਤੀਰਥ ਹੀਰਾ, ਪ੍ਰਿਥੂ ਇਤਿਆਦਕ ਨਾਮੇ ਤੀਰਥ ਹੈ ਜਿਸ ਨੂੰ ਹੁਣ ਭੂਹਵਾ ਕਹਿੰਦੇ ਨੇ। ਸ੍ਰਸ਼ਟੀ ਦੇ ਕਿਨਾਰੇ ਭੂਹਵਾ ਨਾਮ ਦਾ ਇੱਕ ਨਗਰ ਹੈ, ਇੱਥੇ ਕਹਿੰਦੇ ਵੀ ਤੀਰਥ ਸੀ ਪਵਿੱਤਰ ਪਹਿਲੇ ਸਮਿਆਂ ਦੇ ਵਿੱਚ, ਅਤੇ ਇਹ ਪੀਰ ਉੱਥੇ ਰਹਿੰਦਾ ਸੀ ਉਸ ਤੀਰਥ ਦੇ ਉੱਪਰ, ਉਸ ਸਥਾਨ ਦੇ ਉੱਪਰ। ਭੀਖਣ ਸ਼ਾਹ ਇਸ ਦਾ ਨਾਮ ਹੈ। ਤਹਿਤੇ ਤੀਨ ਕੋਹ ਉਸਤੇ ਜਾਣ ਲੱਗੇ ਵੀ ਇਸ ਤੋਂ ਤਿੰਨ ਕੋਹ ਦੀ ਦੂਰੀ ਦੇ ਉੱਪਰ ਗ੍ਰਾਮ ਸਿਆਣਾ ਨਾਮ ਬਖਾਨਾ, ਸਿਆਣਾ ਨਾਮ ਦਾ ਇੱਕ ਪਿੰਡ ਹੈ ਜਿੱਥੇ ਪੀਰ ਰਹਿੰਦਾ ਸੀ ਨਾ। ਕੋਹੜਾਮ ਦੀ ਧਰਤੀ ਪਟਿਆਲੇ ਰਿਆਸਤ ਵਿੱਚ ਇਹ ਜਿਹੜਾ ਹੈ ਨਗਰ ਸੀ ਉਹਨਾਂ ਸਮਿਆਂ ਦੇ ਵਿੱਚ। ਕਹਿਣ ਲੱਗੇ ਇਹ ਕੋਹੜਾਮ ਇਸੇ ਤਰ੍ਹਾਂ ਭੂਹਵਾ ਇਹ ਸਾਰੇ ਪਿੰਡ ਨੇੜੇ ਨੇੜੇ ਨੇ ਥੋੜ੍ਹੀ ਥੋੜ੍ਹੀ ਦੂਰੀ 'ਤੇ। ਕਹਿਣ ਲੱਗੇ ਇਹ ਪੀਰ ਜਿਹੜਾ ਹੈ ਇੱਕ ਸਿਆਣਾ ਨਾਮ ਦਾ ਪਿੰਡ ਹੈ, ਪਿੰਡਾਂ ਦੇ ਨਾਮ ਨੇ ਵੀ ਉਹ ਜਿਹੜਾ ਸਿਆਣਾ ਪਿੰਡ ਹੈ। ਕਬ ਤੈਰ ਹੈ ਕਬੈ ਕੁੜਹਾ, ਅਤੇ ਕਦੇ ਇਹ ਜਿਹੜਾ ਪੀਰ ਹੈ ਕੋਹੜਾਮ ਵਿੱਚ ਆ ਕੇ ਰਹਿੰਦਾ, ਕਦੇ ਸਿਆਣਾ ਪਿੰਡ ਹੈ ਉੱਥੇ ਜਾ ਕੇ ਰਹਿੰਦਾ, ਕਦੇ ਭਹੋਵੇ ਦੇ ਵਿੱਚ ਰਹਿੰਦਾ। ਇਹ ਜਿਹੜਾ ਪੀਰ ਹੈ ਨਾ ਭੀਖਣ